ਸਿੱਖ ਹਿਰਦਿਆਂ ਤੇ ਡੂੰਗੀ ਸੱਟ ਮਾਰਨ ਅਤੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦੇਣ ਵਾਲੇ ਬਰਗਾੜੀ ਵਿੱਚ ਹੋਏ ਬੇਅਦਬੀ ਕਾਂਡ ਨੂੰ ਅੱਜ ਇੱਕ ਵਰ੍ਹਾ ਹੋ ਗਿਆ ਹੈ। ਅੱਜ ਹੀ ਦੇ ਦਿਨ ਬਰਗਾੜੀ ਦੇ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਪੁਲਿਸ ਵੱਲੋਂ ਇਸ ਮਾਮਲੇ 'ਚ ਵਰਤੀ ਢਿੱਲ ਦਾ ਨਤੀਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਦੇ ਰੂਪ ਵਿੱਚ ਨਿਕਲਿਆ। ਇਸ ਦੁਖਦਾਈ ਘਟਨਾ ਦੇ ਇੱਕ ਸਾਲ ਪੂਰਾ ਹੋਣ 'ਤੇ ਅੱਜ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਏ ਗਏ। ਇਸ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਵੱਲੋਂ SDM ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਕਿ ਅਜੇ ਤੱਕ ਸਿੱਖ ਕੌਮ ਨੂੰ ਪਿਛਲੇ ਸਾਲ ਜੋ ਸਾਡੇ ਉੱਤੇ ਜ਼ੁਲਮ ਹੋਏ ਹੈ, ਸਾਡੇ ਬੱਚੇ ਇੱਥੇ ਮਾਰੇ ਗਏ ਹੈ, ਗੁਰਜੀਤ ਸਿੰਘ ਫਿਰ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਦੇ ਕਾਤਲ ਅਜੇ ਤੱਕ ਨਹੀਂ ਗ੍ਰਿਫਤਾਰ ਹੋਏ। ਗੁਰੂ ਮਹਾਰਾਜ ਜਿਹੜੇ ਬੇਅਦਬੀ ਹੋਈ ਹੈ ਜਿਨ੍ਹਾਂ ਦੀ, ਉਹਨਾਂ ਦਾ ਵੀ ਨਹੀਂ ਸਾਨੂੰ ਪਤਾ ਸੂਹ ਲੱਗ ਰਿਹਾ। ਅਤੇ ਅਸੀਂ ਅਖੀਰ ਤੱਕ ਨਾ ਅਸੀਂ ਕਾਂਗਰਸ ਨੂੰ ਮੰਨੀਏ, ਨਾ ਅਸੀਂ ਆਮ ਆਦਮੀ ਪਾਰਟੀ ਨੂੰ ਮੰਨੀਏ, ਨਾ ਅਸੀਂ BJP, ਨਾ ਬਾਦਲ ਦਲੀਆਂ ਨੂੰ। ਜੇ ਲੋਕਾਂ ਨੇ ਇਹਨਾਂ ਨੂੰ ਫਿਰ ਤੋਂ ਮੰਨਣਾ, ਫਿਰ ਇਹ ਸਮਝ ਲਓ ਕਿ ਸਿੱਖ ਕੌਮ ਹੋਰ 5 ਸਾਲਾਂ ਦੇ ਲਈ ਗੁਲਾਮ ਰਹੂਗੀ। ਅੱਜ ਜਿਹੜੀ ਬਰਗਾੜੀ ਸੰਗਤ ਇਕੱਠੀ ਹੋਈ ਹੈ, ਇਹਦਾ ਮੇਨ ਕਾਰਨ ਇਹ ਹੈ ਕਿ 1 ਸਾਲ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੋਏ ਨੇ। ਸਰਕਾਰ ਨੇ ਹਮੇਸ਼ਾ ਸਿੱਖ ਸੰਗਤ ਨੂੰ ਉਲਝਾ ਕੇ ਰੱਖਿਆ, ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਆਪਣਾ ਪੱਲਾ ਝਾੜਦੇ ਹੋਇਆਂ CBI ਦੀ ਇਨਕੁਆਇਰੀ ਲਾਤੀ, ਕੋਈ ਰਿਪੋਰਟ ਲੋਕਾਂ ਦੇ ਸਾਹਮਣੇ ਨਹੀਂ। ਇਹਦੋਂ ਵੱਡੀ ਮਾੜੀ ਗੱਲ ਸਰਕਾਰ ਵਾਸਤੇ ਹੋਰ ਕੋਈ ਹੋ ਨਹੀਂ ਸਕਦੀ। 1 ਸਾਲ ਦੇ ਵਿੱਚ ਵੀ ਜੇ ਕੇਸ ਟਰੇਸ ਨਾ ਹੋਇਆ ਹੋਵੇ ਤਾਂ ਫਿਰ ਉਹ ਸਰਕਾਰ ਨਹੀਂ ਚੱਲਣੀ ਚਾਹੀਦੀ, ਉਹ ਲੋਕਾਂ ਦੀ ਸਰਕਾਰ ਨਹੀਂ ਘਵਾ ਸਕਦੀ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।